ਕਿਸੇ ਤਰ੍ਹਾਂ ਦੀ ਗੈਰ ਪੰਥਕ ਜਥੇਬੰਦੀਆਂ ਨੂੰ ਕਾਂਗਰਸ ਦੇ ਦਲਾਲਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਗੈਰ ਢੰਗ ਨਾਲ ਕਬਜ਼ਾ ਨਹੀਂ ਕਰਨ ਦਿੱਤਾ ਜਾਊ। ਮੁੜ ਕੇ ਮਹੰਤ ਨਰੈਣੂ ਦੀ ਰੂਹ ਵਾਲੇ ਬੰਦੇ ਆ ਜਿਹੜੇ, ਉਹਨਾਂ ਨੂੰ ਮੂੰਹ ਦਿਖਾਉਣੀ ਪਊਗੀ। ਧਰਮਸੋਤ ਜੀ ਜਿਹੜੇ 68 ਕਰੋੜ ਰੁਪਇਆ ਗਰੀਬ ਹਰੀਜਨਾਂ ਦਾ ਵਿਚਾਰੇ ਖਾ ਕੇ ਹਲੇ ਟਕਾਰ ਨਹੀਂ ਮਾਰੇ, ਅਤੇ ਧੰਨਵਾਦ ਕੈਪਟਨ ਸਾਹਿਬ ਦੇ ਜਿਨ੍ਹਾਂ ਨੇ ਕਲੀਨ ਚਿੱਟ ਟੈਰੀ ਰੱਖੀ ਹੋਈ ਹੈ। ਅਤੇ ਪਹਿਲੀ ਵਾਰ ਇਤਿਹਾਸ 'ਚ ਹੋਇਆ ਕਿ SSP ਦੀ ਕੀਤੀ ਹੋਈ ਤਫਤੀਸ਼ ਤੋਂ ਬਾਅਦ ਥਾਣੇਦਾਰ ਫੈਸਲਾ ਦੇ ਰਿਹਾ ਕਿ ਧਰਮਸੋਤ ਬੇਗੁਨਾਹ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ, ਇਸ ਸਕੈਮਾਂ ਦੀ ਸਰਕਾਰ, ਇਸ ਸਕੈਮਾਂ ਵਾਲੇ ਮੰਤਰੀਆਂ ਦਾ ਪਰਦਾ ਫਾਸ਼ ਕਰੂਗੀ, ਅਤੇ ਇਹਨਾਂ ਦਾ ਸੜਕਾਂ 'ਤੇ ਬੜੇ ਹੀ ਡੈਮੋਕ੍ਰੈਟਿਕ ਢੰਗ ਨਾਲ ਨਿਕਲਣਾ ਰੋਕੂਗੀ, ਲੋਕ ਰਾਏ ਪੈਦਾ ਕਰਕੇ। DM ਤਾਂ ਇਹ ਕਹਿ ਰਿਹਾ ਕਿ ਮੰਤਰੀ ਅਤੇ MD ਪੈਸੇ ਮੰਗਦੇ ਨੇ, ਉਹਨਾਂ ਦਾ ਹਿੱਸਾ ਉਹਨਾਂ ਨੂੰ ਪਹਿਲਾਂ ਦੇਣਾ, ਅਤੇ ਪਹਿਲਾਂ ਦੇਣ ਲਈ ਲੋੜ ਕਿਉਂ ਹੈ ਕਿ ਪੱਪੂ ਨੇ ਆਉਣਾ ਇੱਕ ਥਾਂ ਉਹਨੇ ਕਿਹਾ, ਦੂਜੀ ਥਾਂ ਉਹਨੇ ਕਿਹਾ 6 ਤਰੀਕ ਨੂੰ ਰਾਹੁਲ ਨੇ ਆਉਣਾ, ਉਸ ਤੋਂ ਪਹਿਲਾਂ ਪਹੁੰਚਦੇ ਕਰਨੇ ਨੇ। 30,000 ਚਿਰਾਗ ਬੁੱਝ ਗਏ ਅੱਤਵਾਦੀਆਂ ਦੀ ਗੋਲੀ ਨਾਲ, 50,000 ਚੁੱਲ੍ਹਿਆਂ ਵਿੱਚ ਘਾਹ ਉੱਗ ਗਏ ਆ ਅੱਤਵਾਦ ਦੇ ਦੌਰਾਨ, ਅੱਧੇ ਮਰਨ ਵਾਲੇ ਸਟੇਟ ਦੇ ਰਿਪਰੈਸ਼ਨ ਦੇ ਨਾਲ ਮਰੇ, ਅੱਧੇ ਅੱਤਵਾਦ ਦਾ ਸ਼ਿਕਾਰ ਹੋਏ। ਪਰ ਇਹ ਕਾਂਗਰਸ ਦੀ ਸਰਕਾਰ ਆਪਣੀਆਂ ਪੁਰਾਣੀਆਂ ਆਦਤਾਂ ਛੱਡਦੀ ਨਹੀਂ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਬੜੀਆਂ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਆਈ, ਅਤੇ ਸ਼੍ਰੋਮਣੀ ਕਮੇਟੀ ਦੇ ਜਦ ਵੀ ਇਲੈਕਸ਼ਨ ਨੇੜੇ ਹੁੰਦੀ ਹੈ, ਕਾਂਗਰਸ ਆਪਣੇ ਦਲਾਲਾਂ ਰਾਹੀਂ ਅਖੌਤੀ ਪੰਥਕ ਜਥੇਬੰਦੀਆਂ ਨੂੰ ਅੱਗੇ ਕਰਕੇ ਅਕਾਲੀ ਦਲ ਨੂੰ ਠਿੱਬੀ ਦੇਣ ਦੀ ਸੋਚਦੀ ਹੈ, ਜਿਹੜੀ ਗੱਲ ਵਿੱਚ ਉਹ ਕਾਮਯਾਬ ਨਹੀਂ ਹੋ ਸਕੂਗੀ। ਬੜਾ ਅਫਸੋਸ ਹੈ ਕਿ 1920 ਦੀ ਬਣੀ ਹੋਈ ਜਥੇਬੰਦੀ 1925 ਵਿੱਚ ਜਿਹਨੂੰ ਕਾਨੂੰਨੀ ਮਾਨਤਾ ਮਿਲੀ, ਉਹਦੇ ਗੇਟਾਂ ਨੂੰ ਵੀ ਤਾਲੇ ਲਵਾਉਣ ਤੱਕ ਗਈ ਹੈ ਕਾਂਗਰਸ ਦੀ ਸਰਕਾਰ। ਇਹ ਕਾਂਗਰਸ ਦੀ ਸਰਕਾਰ ਨੂੰ ਸ਼੍ਰੋਮਣੀ ਅਕਾਲੀ ਦਲ ਵਾਰਨ ਕਰਦਾ ਕਿ ਇਹਦੇ ਜੋ ਵੀ ਸਿੱਟੇ ਨਿਕਲਣਗੇ ਉਹ ਸਰਕਾਰ ਕਾਂਗਰਸ ਨੂੰ ਭੁਗਤਣੇ ਪੈਣਗੇ। ਜਿਹੜੇ ਲੋਕਾਂ ਨੇ ਉਹਨਾਂ ਨੂੰ ਜਿੰਦੇ ਲਾਉਣੋਂ ਰੋਕਿਆ, ਉਹਨਾਂ 'ਤੇ ਕਾਤਲਾਨਾ ਹਮਲਾ ਕੀਤਾ ਗਿਆ, ਬੁਰੀ ਤਰ੍ਹਾਂ ਜ਼ਖਮੀ ਕੀਤੇ ਗਏ, ਅਤੇ ਪਰਚਾ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਅਤੇ ਮੁਲਾਜ਼ਮਾਂ 'ਤੇ ਵੀ ਬਰਾਬਰ ਦਾ ਕਰ ਦਿੱਤਾ। ਕਿੱਥੋਂ ਦਾ ਇਨਸਾਫ ਹੈ ਇਹ ਸਮਝਦਾ ਕਿ ਪਰਚਿਆਂ ਨਾਲ ਅਕਾਲੀ ਦਲ ਨੂੰ ਦੜਾ ਲੈਣਗੇ? ਇਹ ਤਾਂ ਪਰਚਿਆਂ ਕਰਕੇ ਸ਼੍ਰੋਮਣੀ ਕਮੇਟੀ ਦੇ ਕਾਂਗਰਸ ਅਤੇ ਕਾਂਗਰਸ ਦੇ ਦਲਾਲਾਂ ਦਾ ਕਬਜ਼ਾ ਹੋਜੂ। ਪੰਥ ਇਸ ਗੱਲ ਨੂੰ ਕਦੇ ਪ੍ਰਵਾਨ ਨਹੀਂ ਕਰੂਗਾ। ਪੰਥ ਨੇ ਹਮੇਸ਼ਾ ਇਹ ਸੇਵਾ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤੀ ਹੈ। ਤਾਂ ਮੈਂ ਕਾਂਗਰਸ ਸਰਕਾਰ ਨੂੰ ਇਹ ਚੇਤਾਵਨੀ ਵੀ ਦਿੰਦਾ, ਅਤੇ ਇਹ ਉਹਨਾਂ ਤੋਂ ਮੰਗ ਵੀ ਕਰਦਾ ਕਿ ਇਹ ਤੁਹਾਡੋ ਪਹਿਲੇ ਵਾਲੀਆਂ ਕਾਂਗਰਸ ਦੇ ਬਹੁਤ ਲੀਡਰਾਂ ਨੇ ਇਹ ਕੋਸ਼ਿਸ਼ਾਂ ਬਹੁਤ ਅਥਾਹ ਕੋਸ਼ਿਸ਼ਾਂ ਕਰਕੇ ਦੇਖ ਲਈਆਂ, ਇਹਦੇ ਵਿੱਚੋਂ ਕਦੇ ਕਾਮਯਾਬ ਨਹੀਂ ਹੋਏ। ਭਾਵੇਂ ਕੈਰੋ ਸਾਹਿਬ ਦਾ ਰਾਜ ਸੀ, ਭਾਵੇਂ ਗਿਆਨੀ ਜੀ ਦਾ ਰਾਜ ਸੀ, ਹਰ ਵੇਲੇ ਚੋਣ ਦੀਆਂ ਇਲੈਕਸ਼ਨਾਂ ਵਿੱਚ ਇਹਨਾਂ ਨੇ ਕਿਸੇ ਨਾ ਕਿਸੇ ਨੂੰ ਸ਼ਕਤੀ ਨੂੰ ਖੜ੍ਹਾ ਕਰਕੇ ਅਕਾਲੀ ਦਲ ਨੂੰ ਠਿੱਬੀ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਉਹਦਾ ਇਹਨਾਂ ਨੂੰ ਹਮੇਸ਼ਾ ਨਤੀਜਾ ਭੁਗਤਣਾ ਪਿਆ। ਅਤੇ ਹੁਣ ਅਕਾਲੀ ਦਲ ਨੇ ਇਹ ਲੜਾਈ ਵੀ ਲੜਨ ਦਾ ਮਨ ਬਣਾ ਲਿਆ ਕਿ ਕਿਸੇ ਤਰ੍ਹਾਂ ਵੀ ਗੈਰ ਪੰਥਕ ਜਥੇਬੰਦੀਆਂ ਨੂੰ, ਕਾਂਗਰਸ ਦੇ ਦਲਾਲਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਗੈਰ ਢੰਗ ਨਾਲ ਕਬਜ਼ਾ ਨਹੀਂ ਕਰਨ ਦਿੱਤਾ ਜਾਊ। ਮੁੜ ਕੇ ਮਹੰਤ ਨਰੈਣੂ ਦੀ ਰੂਹ ਵਾਲੇ ਬੰਦੇ ਆ ਜਿਹੜੇ, ਉਹਨਾਂ ਨੂੰ ਮੂੰਹ ਦਿਖਾਉਣੀ ਪਊਗੀ। ਅਤੇ ਅਕਾਲੀ ਦਲ ਨੇ 4 ਤਰੀਕ ਨੂੰ 4 ਨਵੰਬਰ ਇੱਕ ਜਿਹਦੇ 'ਚ ਡੇਟ 4 ਦੀ ਜਗ੍ਹਾ 'ਤੇ ਨਹੀਂ 4 ਹੀ ਰੱਖੋ ਜੀ, ਮੈਂ ਬਿਕਰ ਹੋਣਾ ਗੱਲ ਹੀ ਗੱਲ ਨਹੀਂ ਮੇਰੀ ਪਤਾ ਉਹ ਮੈਨੂੰ ਦੱਸਤਾ ਜੀ ਸਰ, ਹਾਂਜੀ ਉਹ ਦੱਸਤਾ ਹੋ ਗਿਆ। 4 ਤਰੀਕ ਨੂੰ 11 ਵਜੇ ਜਿਹੜਾ ਭਾਰਤ ਭੂਸ਼ਣ ਆਸ਼ੂ ਆ ਉਹਦੇ ਘਰ ਅੱਗੇ ਧਰਨਾ ਦੇਣਾ ਅਕਾਲੀ ਦਲ ਨੇ, ਪੀਸਫੁੱਲ ਧਰਨਾ ਹੋਊਗਾ। ਮੰਗ ਇਹੀ ਹੈ ਕਿ ਮਾਸਟਰ ਜਾਂ ਵਜ਼ੀਰੀ 'ਚੋਂ ਅਸਤੀਫਾ ਦੇ ਦੇਣੀ, ਅਕਾਲੀ ਦਲ ਮਜਬੂਰ ਕਰ ਦੂ, ਹਾਲਾਤ ਪੈਦਾ ਕਰ ਦੂ। ਅਕਾਲੀ ਦਲ ਪੀਸਫੁੱਲ ਸਟਰਗਲ ਦਾ ਹਮੇਸ਼ਾ ਹਮਾਇਤੀ ਹੈ, ਹਰ ਡੈਮੋਕ੍ਰੈਟਿਕ ਹਥਿਆਰ ਵਰਤ ਕੇ ਸ਼੍ਰੋਮਣੀ ਅਕਾਲੀ ਦਲ ਇਹ ਲਾਜ਼ਮ ਕਰ ਦੂ। ਲੋ ਪੰਜਾਬ ਦੇ ਅਤੇ ਲੁਧਿਆਣੇ ਦੇ ਲੋਕਾਂ ਨੂੰ ਇਹ ਦੱਸ ਦੂਗਾ ਕਿ ਇਹ ਜਿਹੜਾ ਆਪਣੇ ਆਪ ਨੂੰ ਅਮਨ ਦਾ, ਹਿੰਦੂ ਸਿੱਖ ਭਾਈਚਾਰੇ ਦਾ ਮਸੀਹਾ ਕਹਾਉਂਦਾ, ਕਿ ਅਸਲੀ ਇਹਦਾ ਚਿਹਰਾ ਕੀ ਹੈ। ਉਹਦੇ ਲਈ 4 ਤਰੀਕ ਨੂੰ 11 ਵਜੇ ਦਾ ਸ਼੍ਰੋਮਣੀ ਅਕਾਲੀ ਦਲ ਨੇ ਧਰਨਾ ਰੱਖਿਆ ਹੋਇਆ ਹੈਗਾ, ਅਤੇ 2 ਤਰੀਕ ਨੂੰ ਸਾਡਾ ਧਰਨਾ ਨਾਭੇ ਹੈ। ਧਰਮਸੋਤ ਜੀ ਜਿਹੜੇ 68 ਕਰੋੜ ਰੁਪਇਆ ਗਰੀਬ ਹਰੀਜਨਾਂ ਦਾ ਵਿਚਾਰੇ ਖਾ ਕੇ ਹਲੇ ਟਕਾਰ ਨਹੀਂ ਮਾਰਿਆ, ਅਤੇ ਧੰਨਵਾਦ ਕੈਪਟਨ ਸਾਹਿਬ ਦੇ ਜਿਨ੍ਹਾਂ ਨੇ ਕਲੀਨ ਚਿੱਟ ਡੈਰੀ ਰੱਖੀ ਹੋਈ ਹੈ। ਅਤੇ ਪਹਿਲੀ ਵਾਰ ਇਤਿਹਾਸ 'ਚ ਹੋਇਆ
कि एस एस पी की की हुई तफ्तीश तो बाद थानेदार फैसला दे रहा है कि धर्मसोत बेगना अडिशनल चीफ सैकटरी सरोज जिहड़ा उन्होंने महकमे का ही अडिशनल चीफ सैकटरी है वो अपने सैल्फ एक्सप्लेनेटरी इनकुआरी साढ़े सत्त सफ़ों की रिपोर्ट 68 करोड़ का गबन दे रहा। देखो किन्ना उहदी डिटेल्ड रिपोर्ट सी कि जिहड़ी रिपो कमेटी उहनू फेवर करन लई भी बनाई वो क्लीन चिट दिंदिया दिंदिया साधु का नाँ तो कढ गई पर 7.5 करोड़ का गबन फेर भी कह गई। जे 7.5 करोड़ का भी गबन है उन्होंने पता होना चाहिए कि सुप्रीम कोर्ट की एक जजमेंट है कि गबन एक पैसे का हो भी उन्ना सीरीयस है तो गबन 100 करोड़ का हो भी उन्ना सीरीयस है क्योंकि गबन गबन हुंदा है। इस करके श्रोमणी अकाली दल इस स्कैमां की सरकार इस स्कैमां वाले मंत्रियों का पर्दाफाश करेगी तो इन्हां दा सड़कां ते बड़े ही डेमोक्रेटिक ढंग नाल निकलना रोकूगी लोक राय पैदा करके। ਚਾਰ ਅਕਤੂਬਰ ਨੂੰ ਦੀ ਵੀਡੀਓ ਹੈ ਇਹ ਸੈਸ਼ਨ ਤੋਂ ਬਾਅਦ ਹੋਈ ਹੈ ਵਾਇਰਲ ਤੇ ਦੂਸਰੀ ਗੱਲ ਜਿਹੜੀ ਤੁਹਾਨੂੰ ਦੱਸਣੀ ਚਾਹੁੰਦੇ ਆ कि ये अज जी इस इशू नू लिया है ये जड़ा मंत्री जी ने परसों एक इलैक्ट्रॉनिक मीडिया से इंटरव्यू दे के अपने आप नू ये दसना चाहिया कहना मैं साफ सुथरा ता ही मैं उन्हें सस्पेंड करता कि तू सस्पेंड तो मदई नू करी जाना जिहड़ा रौला पाउंदा कि मंत्री पैसे मंगदा तैनू की हक है सस्पेंड करन दा। पहला तो लोग पुछदे ने तैनू की जिहड़े पैसे वो कहिंदा तैनू आउणे किन्ने आए तू दस कहिंदा मैं उन्हें कढ के हटूंगा कि उन्हें रौला क्यों पाता। फिर उन्होंने पूछा वो इंटरव्यू करने वाले ने कहिंदा तुहाडा तां डीएम उन्होंने पप्पू कहिंदा तुहाडा प्रधान है कहिंदे अपनी मानसिकता सोच हुंदी है मैं की कह सकदा हां ਸੀ ਕਰਦੇ ਨੇ ਅਕਾਲੀ ਦਲ ਸੇਵਾ ਕਰਦਾ ਹੈ ਇਹ ਸ਼ਬਦਾਵਲੀ ਜਾਂ ਸ਼੍ਰੋਮਣੀ ਕਮੇਟੀ ਲਈ ਵਰਤੋ ਸੇਵਾ ਵਰਤੋ ਪਲੀਜ਼ ਆਪਣੇ ਸਹਾਇਕ ਮੁਖੀ ਵੀ ਤਾਂ ਸੀਗੇ ਜੀ ਇਹ ਬੰਦੇ ਨੇ ਬੜੇ ਬੰਦੇ ਕੁੱਟੇ ਉਦੋਂ ਆਪਣੀ ਸਰਕਾਰ ਸੀਗੀ ਉਦੋਂ ਸਹਾਇਕ ਕਮੇਟੀ ਨੇ ਅਸੀਂ ਤਾਂ ਕਾਨੂੰਨ ਮੁਤਾਬਕ ਕਾਰਵਾਈ ਹਮੇਸ਼ਾ ਕਰਦੇ ਰਹੇ ਹਾਂ ਕਦੇ ਸੌਫਟ ਕਾਰਨਰ ਨਹੀਂ ਜਿਹੜਾ ਵੀ ਕਾਨੂੰਨ ਦੀ ਲੰਘਣਾ ਕਰੂ ਜਿਹੜਾ ਵੀ ਕੋਈ ਕਾਨੂੰਨ ਦੀ ਲੰਘਣਾ ਕਰੂ ਉਹਨੂੰ ਕਾਨੂੰਨ ਆਪਣੇ ਦਾਇਰੇ 'ਚ ਲਊਗਾ। ਇੱਕ ਤਾਂ ਅਸੀਂ ਥੋੜ੍ਹੇ ਦਿਨ ਹੋਏ ਪਹਿਲਾਂ ਕੱਲ੍ਹ ਚੰਡੀਗੜ੍ਹ ਪ੍ਰੈਸ ਕਾਨਫਰੰਸ ਕੀਤੀ ਸੀ ਜਿਹਦੇ ਵਿੱਚ ਅਸੀਂ ਦੱਸਿਆ ਸੀਗਾ ਕਿ ਐਮ ਡੀ ਪੰਸਬ ਪਟਿਆਲਾ ਅਤੇ ਕਾੜਤੀਏ ਪਟਿਆਲੇ ਵਿੱਚ ਜਿਹੜੀ ਗੱਲਬਾਤ ਹੋ ਰਹੀ ਸੀ ਕਿ ਕਿਵੇਂ ਮੰਤਰੀ ਦਾ ਅਤੇ ਐਮ ਡੀ ਪੰਸਬ ਦੇ ਹਿੱਸੇ ਦੇ ਪੈਸੇ ਇਕੱਠੇ ਕੀਤੇ ਜਾ ਰਹੇ ਨੇ। ਅੱਜ ਜਿਹੜੀ ਗੱਲ ਆ ਉਹ ਦੁਬਾਰਾ ਜਿਹੜੀ ਹੋ ਚੁੱਕੀ ਉਹ ਰਿਪੀਟ ਨਹੀਂ ਕਰਨੀ। ਅੱਜ ਅਸੀਂ ਗੱਲ ਇੱਥੋਂ ਤੋਰਨੀ ਆ ਕਿ ਮੰਤਰੀ ਜੀ ਨੇ ਕੱਲ੍ਹ ਇਲੈਕਟ੍ਰੋਨਿਕ ਮੀਡੀਆ 'ਤੇ ਇੱਕ ਇੰਟਰਵਿਊ ਦਿੱਤੀ ਉਹਨਾਂ ਨੇ ਕਿਹਾ ਕਿ ਮੈਂ ਤਾਂ ਇਹ ਜਦ ਜਿਹੜੀ ਵਾਇਰਲ ਹੋਈ ਹੈ ਵਾਇਰਲ ਹੋਣ ਤੋਂ ਪਹਿਲਾਂ ਹੀ ਉਹ ਡੀ ਐੱਮ ਸਸਪੈਂਡ ਕਰਦਾ। ਹੁਣ ਅਕਾਲੀ ਦਲ ਦਾ ਮੰਤਰੀ ਜੀ ਨੂੰ ਪਹਿਲਾ ਸਿੱਧਾ ਸਵਾਲ ਹੈ ਕਿ ਡੀ ਐੱਮ ਸਸਪੈਂਡ ਕਿਉਂ ਕਰਤਾ। ਡੀ ਐੱਮ ਤਾਂ ਇਹ ਕਹਿ ਰਿਹਾ ਕਿ ਮੰਤਰੀ ਅਤੇ ਐੱਮ ਡੀ ਪੈਸੇ ਮੰਗਦੇ ਨੇ ਉਹਨਾਂ ਦਾ ਹਿੱਸਾ ਉਹਨਾਂ ਨੂੰ ਪਹਿਲਾਂ ਦੇਣਾ ਅਤੇ ਪਹਿਲਾਂ ਦੇਣ ਲਈ ਲੋੜ ਕਿਉਂ ਹੈ ਕਿ ਪੱਪੂ ਨੇ ਆਉਣਾ ਇੱਕ ਥਾਂ ਉਹਨੇ ਕਿਹਾ ਦੂਜੀ ਥਾਂ ਉਹਨੇ ਕਿਹਾ 6 ਤਰੀਕ ਨੂੰ ਰਾਹੁਲ ਨੇ ਆਉਣਾ ਉਦੋਂ ਪਹਿਲਾਂ ਪਹੁੰਚਦੇ ਕਰਨੇ ਨੇ। ਹੁਣ ਸਵਾਲ ਇਹ ਹੈ ਕਿ ਡੀ ਐੱਮ ਸਸਪੈਂਡ ਕਰਨ ਨਾਲ ਜਿਹੜੇ ਪੈਸੇ ਮੰਤਰੀ ਨੂੰ ਆਉਣੇ ਆ ਅਤੇ ਐੱਮ ਡੀ ਨੂੰ ਆਉਣੇ ਆ ਉਹ ਕੌਣ ਕੱਢੂਗਾ ਖੋਜ। ਚਾਹੀਦਾ ਤਾਂ ਇਹ ਸੀਗਾ ਕਿ ਡੀ ਐੱਮ ਨੂੰ ਬੁਲਾ ਕੇ ਉਹਦੇ ਬਿਆਨਾਂ 'ਤੇ ਪਰਚਾ ਦਰਜ ਕਰਾਉਂਦੇ ਅਤੇ ਮੰਤਰੀ ਜੀ ਦੀ ਇਨਕੁਆਇਰੀ ਹੁੰਦੀ ਅਤੇ ਕੇਸ ਸੀ ਬੀ ਆਈ ਨੂੰ ਜਾਂਦਾ ਕਿਉਂਕਿ ਇਹ ਜਿਹੜਾ ਪੈਸਾ ਖਾਧਾ ਜਾ ਰਿਹਾ ਪੈਸਾ ਸੈਂਟਰ ਸਰਕਾਰ ਦਾ ਕੈਸ਼ ਕ੍ਰੈਡਿਟ ਲਿਮਿਟ ਦਾ ਜਿਹੜੀ 30,000 ਕਰੋੜ ਆਈ ਸੀ ਜਿਹੜੀ ਹੁਣ ਵਧਾ ਕੇ 35,500 ਕਰੋੜ ਕੀਤੀ ਹੈ। ਇਸੇ ਚੈਟ ਵਿੱਚ ਜਿਹੜੀ ਗੱਲ ਆਈ ਕਿ 17 ਟਰੱਕ ਆਰ ਜੀ ਦੇ ਸ਼ੈਲਰ 'ਤੇ ਲੈ ਗਏ ਅਤੇ ਉਦੋਂ ਬਾਅਦ ਕਿਹਾ ਕਿ ਜਿਹੜੇ ਲਾਲ ਸਿੰਘ ਦੇ ਸ਼ੈਲਰ 'ਤੇ ਰਹੇ ਉਹਨਾਂ ਦਾ ਅਸੀਂ ਹਿਸਾਬ ਨਹੀਂ ਰੱਖ ਸਕਦੇ ਉਹ ਤੁਹਾਨੂੰ ਦੇਖਣਾ ਪਊਗਾ। ਉਹ ਚੈਟ ਵਿੱਚ ਕਲੀਅਰ ਲਿਖਿਆ ਹੋਇਆ ਕਿ ਜਿਹੜਾ ਮਾਲ ਲਾਲ ਸਿੰਘ ਦੇ ਸ਼ੈਲਰ ਵਿੱਚ ਆ ਲਓ ਕਨੌਰ ਵਿੱਚ ਲਾਲ ਸਿੰਘ ਦੇ ਸ਼ੈਲਰ ਦੀ ਕਲੈਕਸ਼ਨ ਦੀ ਕੋਈ ਜ਼ਿੰਮੇਦਾਰੀ ਨਹੀਂ ਉਹਨਾਂ ਦੇ ਸ਼ੈਲਰ ਵਿੱਚ ਆਲਰੇਡੀ ਬਿਹਾਰ ਵਾਲੀ ਪੈਡੀ ਆ ਗਈ ਹੈ। ਕਿਹਨੇ ਕਿਹਾ ਇਹ
जिहड़ा डीएम नूं कह रहा है जिहड़ा आढ़ती है न्यू पटियाले दा। उदू बाद हुण जिहड़ी सब तो वड्डी गल है वह कहिंदा कि 17 ट्रक बिहार वाले ये ऑलरेडी आर जी जिहड़ा शैलर है उहदे विच उतर चुके ने। फिर उदू बाद जिहड़ी होर इंपोर्टेंट गल है फीस नाल सब कोऑपरेट करनगे, तुसी जिहड़ा मंत्री जी ने नाम ते बोली लिखो कोई इंस्पैक्टर मना नहीं करता, तां मैनू दसो मिनिस्टर ते एमडी वाली फीस पहला कर दिओ, फुल कोऑपरेशन होएगी, कोई इंस्पैक्टर मॉइस्चर मीटर नहीं लावेगा। हुण साडा सवाल सिर्फ मंत्री जी नूं इन्ना है कि डायरैक्ट तुहाडे ते करप्शन दे चार्जेस ने, तुसी महकमे दे मंत्री हो, इलैक्ट्रॉनिक मीडिया प्रिंट मीडिया विच ये आ चुका कि 1000 ट्रक बिहार ते उत्तर प्रदेश तो 1000 रुपए ते 1100 रुपए खरीद के पंजाब च आ गए ने, जिहड़े कांग्रेस लीडरां दे वख-वख शैलरां च लगे आ, जिहड़े तुहाडे सामने अमृतसर ट्रक रोके गए जंडियाले गुरु दे कोल, उन्होंने कहा ओपी सोनी दे शैलर च जाने हैं। फिर इन्होंने ये भी कहा कि ये जिहड़ा कंबोज साहब है जे कोई दिक्कत आए MLA राजपुरे नूं मिलिया जाए इस सैट विच। हुण इस गल तो बस सीधा सवाल इस गल का उठता है कि मंत्री जी DM सस्पेंड होकर गल नहीं मुकनी, DM नूं नौकरी कढ के तां तुसीं मुद्दा खत्म करन दी कोशिश करदे हो, हुण तां मदई बणूगा कि मंत्री नूं किन्ने पैसे गए MD नूं किन्ने पैसे गए। असीं अज जिहड़ी अकाली दल वल्लों मंग करदे हां ये करदे हैं कि ये पैसा सेंटर दा, सेंटर गौरमेंट रूप तो भी मंग करते हैं कि तुसी सीधा केस रजिस्टर करके इस पैसे की हुई दुरवरतों की क्रिमिनल मिसएप्रोप्रिएशन की 1100 रुपए वाला माल इत्थे शैलर विच ला के झूठे कागज़ तैयार करके 465, 167, 171 जिहड़ा सीरीयस ऑफेंस है जिन्हां च लाइफ इंप्रिजमेंट आ, सारे परचे दर्ज करके मंत्री जी की ट्रायल की जाए। तो पंजाब के मुख्यमंत्री तो मंग करते हैं कि फूड सप्लाई मंत्री नूं तुरंत डिसमिस किया जाए, क्योंकि एडे वड्डे कपले अज तक पंजाब च फूड सप्लाई डिपार्टमेंट च नहीं होए जिन्ने भारत भूषण जी आशू दे समय विच होए है। हुण एक गल जिहड़ी दूसरी है इहदे नाल तुहाडे सामने आ गया, लॉकडाउन वेले कांग्रेस दे MLA रजिंदर बेरी दे होटल विचों फड़े गए माल, लुधियाने स्कूल विचों फड़िया गया। चलो उदों तां कहिंदे सी कि असीं कौंसलरां दी MLAआं दी ड्यूटी लाई आ कि जिहड़ा दिल्ली तो माल आए वंडिया जाए, पर जिहड़ा हुण बठिंडे JCB मशीन ला के दबिया जा रहा, यह माल कीता पिया सी, यह पब्लिक मनी का नुकसान करन दा जिम्मेवार कौन है? लोगों नूं खाण नूं नहीं मिलिया, ढिड भरन नूं नहीं मिलिया, तो वह मिट्टी विच दबना पियो कि उस आटे विच कीड़े पै गए। उदों बाद परसों साढ़े बठिंडे दे लीडर सरूप चंद सिंगला ने रेड मार के जिहड़ा उत्थे मेयर साहब का खाली पिया घर सी उहदे चों 1000 बोरियां गौरमेंट दे आटे दियां जिहड़ियां मोदी साहब वल्लों आईयां सी वंडण लई उह उत्थे खराब होईयां पाईयां गईयां। हुण एदू वड्डी नगलैकी, एदू वड्डी गुनाह, एदू वड्डा पाप किहड़ा मंत्री होर कर सकदा बिना भारत भूषण आशू दी? सो इस लई साडी पहली मंग है कि तुरंत डिसमिस किया जाए, करप्शन का केस किस रजिस्टर किया जाए, केस रजिस्टर करके तफ्तीश ते इन्वेस्टिगेशन CBI नूं दित्ती जाए, क्योंकि कैश क्रेडिट लिमिट गवर्नमेंट ऑफ इंडिया दी है, गवर्नमेंट ऑफ इंडिया दे बिहाफ ते सारी परचेज हुंदी है, ते ए पैसे दा एक एक पैसे लई बहुत वड्डा पंजाब दा नुकसान होना। तकरीबन 5000 करोड़ रुपए तक की कैश क्रेडिट लिमिट वह लोगों ने ले जानी है जिन्होंने पंजाब च काश्त भी नहीं की, ट्रेडर लोग ने जां कांग्रेस के लीडर ने जिन्होंने बाहरों सस्ता खरीद के इतने अपने शैलर च ला के पंजाब दियां जाली रसीदा बना के मुड़ के चौल 2800 रुपए क्विंटल ही देना है 1100 रुपए लेके। सो ये मंग है दूसरी आ जिहड़ी आटे वाली दसी। हुण तीसरी तो सब तो वड्डी इंपोर्टेंट गल है कि वह सरकार का हाल की होऊ जिस सरकार का मंत्री टैरोरिस्टा के नाल घ्यो खिचड़ी होया हो,
टैरोरिस्टा दे नाल पनाह दिती हो, टैरोरिस्टा तो अपने प्यो ते माँ दे कातलां नू मरवाउण दी सौदा होया हो, जदों टैरोरिस्टा ने तीन लेडीज़ अजनौज दियां मारियां, प्रोटैक्शन कॉन्सपरेसी सारी मंत्री जी दे डेयरी वाले शैड च होई। इत्थे ही नहीं, गुड़ मंडी दे विच जिहड़ा बंब धमाका होया, बंब तैयार होए डेयरी ते लचले लुधियाणे, सराभा नगर विच ठाणेदार मारिया गया। ये गल्लां मैं नहीं कहिंदा, ये गल्लां पुलिस नहीं कहिंदी, ये गल्लां भारत भूषण आशू जी अपनी कन्फेशनल स्टेटमेंट है जिहड़ी उन्होंने 6/5/1992 नूं उस वेले दे SP जिन्हों टैरोरिस्ट एक्ट हेठ जुडिशल अख्तियार सीगे कन्फेशन रिकॉर्ड करन दे, उन्होंने रिकॉर्ड किया। लो मैं तुहानू इहदे च रेलेवेंट पढ़ दिना, 4/4/1992 नूं मैं अपनी डायरी ते मौजूद सी, तां स्वर्णजीत सिंह उर्फ चरणजीत सिंह उर्फ चन्ना, उसका भाई जरनैल सिंह ते एक होर मुंडा जिसनों प्रधान कहिंदे सी आए चन्ने ने मेरे नाल सलाह की कि लुधियाणा शहर में अज बंब धमाका करना है, दसो किस जगह करिए। मैं क्या गुड़ मंडी वाले पासे बहुत ज़्यादा इकट्ठ हुंदा, उत्थे कर लो, तो अज मेरे ताए जी वाला भी काम जरूर कर देना। जिन्होंने क्या ठीक है, जिन्होंने मेरे तो नरेंद्र कुमार और काला बारे पूछया तो मैं दसिया कि डेयरी पर है, उस नाल भी गल कर लो। जो तिन्ने ही मेरे सामने काले की डायरी में चले गए, शाम को ये तिन्ने वापस काले की डायरी से आए तो मैं मिले, तो उन्होंने दसिया कि गुड़ मंडी वाला बंबा का धमाका कर आए हैं। हुण उदू बाद फिर गल्लां गल्लां विच उन्होंने दसिया कि अजनौद विच तीन मुखबर औरतों नूं सोध दिता है, तो मैं अगों कहा कि होर काम करी जाते हो, मेरे ताए वाला भी काम कर दौ। चन्नी कहण लगा कि मैनू तेरे नालों ज़्यादा फिक्र है, जिम्मेवारी भी मैं जरूर निभावांगा। ये भारत भूषण आशू जी का हैगा, जिदे विच थले सर्टिफिकेट है SP City का। मैं अज SP City लुधियाणा ने दोषी भारत भूषण होकर का बयान लिखण तो पहला उसनू चंगी तरह जाणू करवाया ते समझाया कि आप वालों अखबार या बयान देना जरूरी नहीं, अते ना ही आप बयान देने लई पाबंद हो, ना ही आप किसी डर जां दबाव हेठ हो। जेकर आप बयान देवोगे तो आप दे बतौर आप दे खिलाफ़ बतौर शहादत वरत्या जा सकता है। उदू बाद उन्हें बयान पढ़ के लिख के आशू ने साइन किया। उस तरह ही 92 दी जी सुखमिंदर सिंह संधू SP अज भी जीवित है। इस तरह ही यदा काले दा इहदे नाल वाले दा बयान लिखा गया, इकबाली है बयान। हुण इत्थे दा लिखे गए बयान, उदू बाद पिंकी है जिहड़ा कैट जी नूं कहिंदे आ, उहदी वीडियो तुसीं सुणी है सारिआं ने, जे तुसीं कहिंदे हो तां मैं वी तुहानूं वी सुणा दिंदा, नहीं चलो प्रेस भी दिखा दिंदे आपां नूं, कोई नथिंग टू हाइड। बरी नहीं जी, बरी नहीं, तीन केस ये बनते सीगे, ये दो केस रजिस्टर नहीं किए। इकबालिया बयान मिट्टी च दबते, 212 च टैरोरिस्टा नूं पनाह देण विच शहादत नहीं दित्ती, बरी हो गए। होना है जी नाले, एक मैं तुहानूं एक मुलाबर जी होर सुन लो, सारिआं दे ध्यान सीगा मुल्तानी वाला केस है, ते रजिस्टर तां हुण कीता ना, नहीं नहीं गल सुनो, मर्डर केस विच कोई म्याद नहीं हुंदी, जिहड़ा क्रिमिनल प्रोसीजर कोड है ना वह सिर्फ 3 साल की म्याद उन्हां जुर्मां च रखदा जिन्हां च सज़ा सिर्फ 3 साल की हुंदी है, जिन्हां च 3 साल तो उपर की सज़ा हुंदी है उहदे विच कोई म्याद नहीं। जे पुराने DGP तो 29 साल बाद हो सकदा, उदू उपर तो नहीं है। जब एक बंदा पबलिक ऑफिस विच बैठा हैगा लोगों की नुमाइंदगी करके लोगों नूं इंसाफ देण लई लोगों नूं एक कानून वाला राज देण दी गल करदा है, तो वह बंदा जब आप एक क्राइम च सीरीयस क्राइम च जिदे विच 3 होमगार्ड वालियां बीबियां मारियां गईयां, जिदे च तुहाडा गुड़मंडी धमाका होया, जिदे सराभा नगर एक ठाणेदार मारिया गया, दविंदर पौथ चन्नी सारे नामवार खाड़कू जिन्हां दे सिरां ते 5-5 लाख का मुल सीगा, वह सारे इन्हां दे नाल रले हुए सी, घिओ खिचड़ी सी, ते इन्हां दे शैल्टर दिंदे सीगे। ये तो जब तब्दीश चलूगी ना ये पता लगेगा कि दुध के ड्रमा जो किवें पा के लिजाते
थले होंगे से हथियार एक उपर छोटा जहा डब्बा रख के दुध आया कि दुध का ड्रम जा रहा है हथियार जाते सरकार भी फेल हो गई उदो इन्हों फड़न नहीं तो मुड़ के गवर्नरी राज सी थोड़े बहुत कांग्रेस लिंक सीगे उन्हां चो ये अपना बच के तुरदे लगे। आ लो पिंकी ने ये बारे दसिया कि जब मैं इत्थे सी आई ए च लग्या होया सीगा ते ए सी आई ए विच उदो उत्थे आया भी हैबोवाल प्यो मां चाचे जग्गी ने कतल करता से मारता से इन्हां दी डैडी ते अतवादी आउंदे सीगे इन्हां कोल रहिंदे सी इहदा इक ताए दा पुत्ता काला ਉਹਨੇ ਇੱਕ ਬੰਦੇ 'ਤੇ ਪਹਿਲਾਂ ਤੇਜ਼ਾਬ ਪਾ ਕੇ ਉਹਦੀ ਕਤਲ ਮਰ ਗਿਆ ਸੀ ਉਹ ਇਹਨੂੰ 20 ਸਾਲ ਕਾਲੇ ਨੂੰ ਉਹਦੇ 'ਚ ਕੈਦ ਵੀ ਹੋਈ ਇਹਨਾਂ ਨੂੰ ਉਦੋਂ 94-47 ਇਹਨਾਂ ਕੋਲੋਂ ਮਿਲੀ ਇੱਕ ਇਹਨਾਂ ਨੇ ਹੈੱਡ ਕਾਂਸਟੇਬਲ ਮਰਵਾਇਆ ਸੀ ਕਿਜਰੂ ਨਗਰ ਉਹ ਵੀ ਇਹਨਾਂ ਦੀ ਮਿਹਰਬਾਨੀ ਸੀ ਗੁੜ ਮੰਡੀ ਬੰਬ ਲਵਾਇਆ ਜਿਹੜੀਆਂ ਤਿੰਨੋਂ ਹੋਮ ਗਾਰਡ ਜਾਂ ਜਨੌਤ ਪਿੰਡ ਜਨਾਨੀਆਂ ਮਰੀਆਂ ਉਹ ਵੀ ਇਹਦੀ ਮਿਹਰਬਾਨੀ ਸੀ ਸਮਝੇ ਉਹ ਮੈਨੂੰ ਸਾਰੀ ਕਹਾਣੀ ਦਾ ਪਤਾ ਮੈਂ ਉਦੋਂ ਸੀ ਏ ਸੀਗਾ ਉੱਥੇ ਇਹ ਰਿਮਾਂਡ 'ਚ ਵੀ ਰਹੇ ਨੇ ਉੱਥੇ ਕਾਲਾ ਵੀ ਰਿਹਾ ਕਾਲੇ ਦੇ ਕੇ 47 ਵੀ ਰਿਕਵਰੀ ਹੋਈ 212-216 ਦਾ ਪਰਚਾ ਵੀ ਇਹਨਾਂ ਦੇ ਖਿਲਾਫ ਦਰਜ ਹੋਇਆ ਉਹ ਆਈ ਨੋ ਇਟ ਸਾਰਾ ਕੁਛ ਮੈਨੂੰ ਪਤਾ ਇਹਨਾਂ ਨੂੰ ਸਜ਼ਾ ਵਗੈਰਾ ਵੀ ਕੋਈ ਹੋਈ ਸਜ਼ਾ ਇਹ ਬਦੀ ਹੋ ਗਈ ਸੀ ਉਹਦੇ 'ਚੋਂ ਕਿਉਂਕਿ ਵਿਟਨੈਸ ਗਵਾਹ ਕੋਈ ਨਹੀਂ ਸੀ ਇਹਨਾਂ 'ਤੇ ਬਣਿਆ 212 ਡਿਊ ਟੂ ਨੋਨ ਵਿਟਨੈਸ ਇਹ ਬਦੀ ਹੋ ਗਈ ਉਹਦੇ 'ਚ ਪਰ ਮਾਮਲੇ 'ਚ ਸੀ ਸੱਚਾਈ ਕੋਈ ਕਿ ਨਹੀਂ ਬਿਲਕੁਲ ਹੁਣ ਸਾਡੀ ਡਿਮਾਂਡ ਇਹ ਹੈ ਅਸੀਂ ਡਿਮਾਂਡ ਇਹ ਹੈ ਕਿ ਇੱਕ ਟੈਰੋਰਿਸਟਾਂ ਨਾਲ ਰਿੰਕ ਰੱਖਣ ਵਾਲਾ ਪੰਜਾਬ ਦੇ ਵਿੱਚ ਮੰਤਰੀ ਹੋ ਕੇ ਪੰਜਾਬ ਦੇ ਅਮਨ ਅਤੇ ਸ਼ਾਂਤੀ ਨੂੰ ਅੱਗ ਨਹੀਂ ਲਾਊਗਾ ਤਾਂ ਹੋਰ ਕੀ ਕਰੂਗਾ। ਜਿਸ ਬੰਦੇ ਨੂੰ ਲਾਅ ਵਿੱਚ ਭਰੋਸਾ ਨਹੀਂ, ਲਾਅ 'ਤੇ ਉਹਨੂੰ ਯਕੀਨ ਨਹੀਂ, ਲਾਅ ਦੇ ਪ੍ਰੋਸੈਸ ਨੇ ਉਹਦੇ ਫਾਦਰ ਅਤੇ ਮਦਰ ਦੇ ਕਾਤਲਾਂ ਨੂੰ ਬਰੀ ਕਰ ਦਿੱਤਾ ਤਾਂ ਉਹਨੇ ਕਾਨੂੰਨ ਆਪਣੇ ਹੱਥ ਵਿੱਚ ਲੈ ਕੇ ਆਪਣੇ ਤਾਏ ਅਤੇ ਚਾਚੇ ਨੂੰ ਮਰਵਾਉਣ ਦੀ ਸਾਜਿਸ਼ ਕਰੀ ਅਤੇ ਜਿਨ੍ਹਾਂ ਨੇ ਵਰਤਿਆ ਕਿ ਇਹਨਾਂ ਨੂੰ ਅੱਤਵਾਦੀਆਂ ਨੂੰ ਅਤੇ ਉਹਨਾਂ ਨੂੰ ਆਪਣੇ ਕੰਮ ਲਈ ਵਰਤਣ ਲਈ ਉਹਨਾਂ ਦੀ ਸਹਾਇਤਾ ਕੀਤੀ। ਐਡੇ ਸੀਰੀਅਸ ਕ੍ਰਾਈਮ 'ਚ ਸ਼ਹਿਰ 'ਚ ਅੱਗ ਲਾਉਣ ਵਾਲੀ, ਬੰਬ ਚਲਾਉਣ ਵਿੱਚ, ਗੋਲੀ ਚਲਾਉਣ 'ਚ, ਤਿੰਨ ਔਰਤਾਂ ਨੂੰ ਮਰਵਾਉਣ 'ਚ। ਸੋ ਸਾਡੀ ਦੂਸਰੀ ਮੰਗ ਇਹ ਹੈ ਕਿ ਮੁੱਖ ਮੰਤਰੀ ਜੀ, ਨਾਲੇ ਮੈਂ ਸਵਾਲ ਕਰਦਾ ਸਰਦਾਰ ਰਵਨੀਤ ਸਿੰਘ ਬਿੱਟੂ ਨੂੰ ਸਿੱਧਾ। ਰਵਨੀਤ ਜੀ, ਤੁਸੀਂ ਜਿੱਥੇ ਵੀ ਬੋਲਦੇ ਹੋ ਤੁਸੀਂ ਕਹਿੰਦੇ ਹੋ ਕਿ ਮੇਰਾ ਦਾਦਾ ਅੱਤਵਾਦੀਆਂ ਨੇ ਮਾਰਤਾ, ਅਤੇ ਜਿਹੜੇ ਮੰਤਰੀ ਦੇ ਨਾਲ ਤੁਸੀਂ ਕਾਰ 'ਚ ਚੜ੍ਹ ਕੇ ਤੁਰੇ ਫਿਰਦੇ ਹੋ ਉਹਨੇ ਅੱਤਵਾਦੀ ਪਾਲੇ, ਤੁਹਾਨੂੰ ਵੀ ਆਪਣਾ ਸਟੈਂਡ ਹੁਣ ਸਾਫ਼ ਕਰਨਾ ਪਊਗਾ ਕਿ ਤੁਸੀਂ ਅੱਤਵਾਦੀਆਂ ਦੇ ਸਮਰਥਕ ਨਾਲ ਹੋ। ਜੇ ਤੁਸੀਂ ਨਹੀਂ ਨਾਲ, ਤਾਂ ਤੁਸੀਂ ਬਤੌਰ ਕਾਂਗਰਸ ਦੇ MP ਇਹ ਯਕੀਨੀ ਬਣਾਓ ਕਿ ਕਾਂਗਰਸ ਦੀ ਹਾਈ ਕਮਾਂਡ 'ਤੇ ਪ੍ਰੈਸ਼ਰ ਪਾਓ ਕਿ ਇਸ ਨੂੰ ਤੁਰੰਤ ਮੰਤਰੀ ਮੰਡਲ 'ਚੋਂ ਬਰਖਾਸਤ ਕਰਕੇ, ਇਹਦੇ ਪਰਚਾ ਰਜਿਸਟਰ ਕਰਕੇ, ਇਹ CBI ਨੂੰ ਕੇਸ ਟ੍ਰਾਂਸਫਰ ਕੀਤਾ ਜਾਵੇ। T5 चैनल पंजाबी हुणे सब्सक्राइब करो, बेल आइकन पे क्लिक करो।